ਹਨੀਪ੍ਰੀਤ ਦੀ ਰਾਜਦਾਰ ਸੁਖਦੀਪ ਕੌਰ ਵੀ ਜ਼ਮਾਨਤ ਮਿਲਣ ਤੋਂ ਬਾਅਦ ਆਪਣੇ ਸਹੁਰਾ ਘਰ ਨਹੀਂ ਆਈ। ਉਹ ਵੀ ਜ਼ਮਾਨਤ ਤੋਂ ਬਾਅਦ ਡੇਰਾ ਸਿਰਸਾ ਪਹੁੰਚ ਗਈ ਹੈ। ਕਾਬਲੇ ਗੌਰ ਹੈ ਕਿ ਸੁਖਦੀਪ ਕੌਰ ਨੇ ਹਨੀਪ੍ਰੀਤ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਗਰਿਆਨਾ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਸ਼ਰਨ ਦਿੱਤੀ ਸੀ। ਬਾਅਦ ਵਿੱਚ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਸੁਖਦੀਪ ਕੌਰ ਕਦੋਂ ਇੱਥੇ ਆਈ ਸੀ ਤੇ ਕਦੋਂ ਨੂੰ ਜ਼ਮਾਨਤ ਮਿਲੀ, ਹੁਣ ਕਿੱਥੇ ਗਿਆ ਸਾਰਾ ਪਰਿਵਾਰ? ਸਰਸੇ ਗਏ ਬਾਈ ਜੀ। ਅੱਛਾ ਜੀ। ਹਾਂਜੀ, ਜ਼ਮਾਨਤ ਪਰਸੋਂ ਹੋਈ ਸੀ, ਕੱਲ ਦੇ ਉਹ ਸਰਸੇ ਚਲੇ ਗਿਆ ਸਾਰਾ ਪਰਿਵਾਰ ਉਹ ਨਾਲ ਦੀ ਨਾਲ ਹੀ। ਅੱਛਾ, ਇੱਥੇ ਨਹੀਂ ਆਏ ਹੈਗੇ ਉਹ? ਨਹੀਂ, ਹਜੇ ਨਹੀਂ ਆਏ ਬਾਈ, ਹਜੇ। ਅੱਛਾ, ਇਹ ਤੁਸੀਂ ਕੀ ਸਮਝਦੇ ਹੋ ਇੱਥੇ ਤੁਸੀਂ ਗਵਾਂਢ 'ਚ ਰਹਿੰਦੇ ਹੋ, ਇਹਨਾਂ ਦਾ ਨਾਲ ਮੇਲ ਜੋਲ ਹੈਗਾ ਤਾਂ ਉਹਨਾਂ ਦੀ ਜ਼ਮਾਨਤ ਹੋਈ ਹੈ, ਕੀ ਸਮਝਦੇ ਹੈਗੇ ਉਸ ਨੂੰ ਲੈ ਕੇ? ਸਾਨੂੰ ਬਹੁਤ ਖੁਸ਼ੀ ਹੋਈ ਉਹਨਾਂ ਦੇ ਆਉਣ ਦੀ। ਅਸੀਂ ਆਪਦੇ ਜਾਣੇ ਇਹ ਕਹਿੰਦੇ ਹਾਂ ਵੀ ਜਦੋਂ ਸਾਡੀ ਸੰਦੀਪ ਸਾਡੇ ਘਰ ਆਵੇਗੀ ਅਸੀਂ ਬਹੁਤ ਖੁਸ਼ੀ ਮਨਾਵਾਂਗੇ, ਚਾਵਾਂ ਨਾਲ ਉਹਨੂੰ ਆਪਦੇ ਘਰ ਲਿਆਵਾਂਗੇ। ਅਤੇ ਉਹਦਾ ਇਹੀ ਸਾਨੂੰ ਸਤਿਕਾਰ ਆ ਵੀ ਉਹ ਆਪਦੇ ਬੱਚਿਆਂ 'ਚ ਆ ਗਏ। ਅੱਛਾ, ਕੌਣ ਕੌਣ ਰਹਿੰਦਾ ਇੱਥੇ ਘਰ ਦੇ ਵਿੱਚ? ਇੱਥੇ ਬਈ ਰੇਸ਼ਮਕ ਦਾ ਪਰਿਵਾਰ ਰਹਿੰਦਾ ਗਾ। ਬਾਪੂ ਜੀ ਸੀਗੇ, ਉਹ ਸਾਡੇ ਬਾਈ ਜੀ ਚਲੇ ਮੁੱਕ ਗਏ, ਉਦੋਂ ਬਾਅਦ ਸਾਡਾ ਰੇਸ਼ਮ ਦਾ ਪਰਿਵਾਰ ਸਾਰਾ ਰਹਿੰਦਾ ਗਾ। ਤੇ ਉਹ ਸਾਰੇ ਕੌਣ ਗਿਆ ਮਿਲਣ ਵਾਸਤੇ ਉੱਥੇ? ਉਹਨਾਂ ਨੂੰ ਉਹ ਸਾਰੇ ਸਸਤੇ ਮਿਲਣ ਗਏ, ਰੇਸ਼ਮ ਦਾ ਪਰਿਵਾਰ। ਕੌਣ ਕੌਣ ਹੈ? ਜਗ ਸਿਰ, ਬਾਈ ਰੇਸ਼ਮ, ਰੇਸ਼ਮ ਦੀ ਬਹੁਟੀ ਤੇ ਗੁਰਵੀਰ, ਉਹ ਸਾਰੇ ਮਿਲਣ ਗਏ ਆ ਬੱਚੇ ਸਾਡੇ ਸਸਤੇ।